ਪੇਸ ਪੇਸ਼ ਨੂੰ ਕਹਾਣੀ ਸਭ ਤੋਂ ਪਹਿਲਾਂ ਤਾਂ ਅਸੀਂ ਦੋਨੋਂ ਪੱਲੇ ਖੋਲ ਲੈਣੇ ਨੇ ਇਸ ਤਰੀਕੇ ਨਾਲ। ਠੀਕ ਹੈ, ਇਸ ਤਰ੍ਹਾਂ ਖੋਲ ਲੈਣਾ ਥੱਲਾ ਪਾਸਾ ਉੱਪਰ ਅਤੇ ਉੱਪਰਲਾ ਪਾਸਾ ਥੱਲੇ ਕਰ ਲੈਣਾ, ਥੋੜ੍ਹਾ ਚੌੜਾ ਖੋਲ ਲੈਣਾ ਪੇਜ ਨੂੰ ਕਿਉਂਕਿ ਆਪਾਂ ਇਹਦੇ ਵਿੱਚ ਵੀ ਬਾਟਮ ਬਣਾਉਣੀ ਨਹੀਂ। ਬਸ ਕੱਲਾ ਇੰਨਾ ਇੰਨਾ ਕੁ ਦੋਨੋਂ ਪਾਸੋਂ ਆਪਾਂ ਉੱਪਰਲੇ ਪੇਜ ਨੂੰ ਅਤੇ ਨੀਚਲੇ ਪੇਜ ਨੂੰ ਚੁੱਕਣਾ, ਇੱਥੇ ਖਿੱਚ ਕੇ ਲਗਾ ਲੈਣਾ ਇੱਕ ਵਾਰੀ, ਫਿਰ ਇਹਦੇ ਵਿੱਚ ਅਸੀਂ ਵੱਟ ਕ੍ਰੀਏਟ ਕਰਾਂਗੇ। ਠੀਕ ਹੈ ਜੀ, ਇਸ ਤਰੀਕੇ ਨਾਲ ਦੇਖੋ ਇਸ ਪੇਜ ਨੂੰ ਤੁਸੀਂ ਇਸ ਤਰ੍ਹਾਂ ਸਿੱਧਾ ਵੀ ਲਗਾ ਸਕਦੇ ਹੋ। ਠੀਕ ਹੈ, ਅਤੇ ਹੁਣ ਕਲਗੀ ਵਾਲਾ ਪੇਜ ਦਿਖਾਉਂਦੇ ਹਾਂ ਤੁਹਾਨੂੰ ਲਾ ਕੇ, ਪਹਿਲਾਂ ਕੰਨ ਸਿੱਧਾ ਕਰ ਲਈਏ ਆਪਾਂ। ਦੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜ਼ਿਆਦਾ ਸਫਾਈ ਦੇਣ ਦੀ ਲੋੜ ਨਹੀਂ, ਪਹਿਲਾਂ ਇਸ ਪੇਜ ਨੂੰ ਇਸ ਤਰ੍ਹਾਂ ਪਕੜ ਲੈਣਾ, ਘੁਮਾ ਕੇ ਰੱਖ ਲੈਣਾ, ਫਿਰ ਆਪਾਂ ਇੱਕ ਪਿੰਨ ਲਵਾਂਗੇ, ਪਿੰਨ ਦੀ ਐਨ ਨੱਕ ਦੇ ਸਿੱਧੇ ਐਨ ਸੈਂਟਰ ਦੇ ਵਿੱਚ ਪੱਗ ਦੇ ਵਿੱਚ ਲਗਾਵਾਂਗੇ ਪਿੰਨ, ਅਤੇ ਉਹਦੀ ਹੈਲਪ ਨਾਲ ਆਪਾਂ ਕਲਗੀ ਨੂੰ ਘੁਮਾ ਲਾਂਗੇ। ਫਿਰ ਜਿੰਨਾ ਕੁ ਲੋੜ ਮੁਤਾਬਕ ਤੁਸੀਂ ਕਲਗੀ ਨੂੰ ਖੋਲ੍ਹ ਲੈਣਾ। ਠੀਕ ਹੈ, ਬਾਕੀ ਬਸ ਤੁਸੀਂ ਇਸ ਨੂੰ ਵਿੱਚ ਲਗਾ ਲੈਣਾ। ਫਿਰ ਆਪਾਂ ਉੱਪਰਲੇ ਹਿੱਸੇ ਤੋਂ ਇਸ ਪੇਜ ਨੂੰ ਖਿੱਚ ਲੈਣਾ, ਖਿੱਚ ਕੇ ਦੋਨੋਂ ਪਲੇ ਇਸ ਤਰ੍ਹਾਂ ਖੋਲ੍ਹ ਲੈਣੇ ਨੇ। ਖੋਲ੍ਹ ਕੇ ਪਿਛਲੇ ਹਿੱਸੇ ਨੂੰ ਇਸ ਤਰ੍ਹਾਂ ਖਿੱਚ ਲੈਣਾ, ਅਤੇ ਪਹਿਲਾਂ ਸੱਜੇ ਹੱਥ ਦੀ ਮਦਦ ਨਾਲ ਪੇਜ ਨੂੰ ਚੱਕਾਂਗੇ, ਅਤੇ ਖੱਬੇ ਹੱਥ ਨਾਲ ਪੇਜ ਨੂੰ ਅੰਦਰ ਕਰਾਂਗੇ ਇਸ ਸਾਈਡ ਤੋਂ, ਫਿਰ ਖੱਬੇ ਹੱਥ ਦੀ ਮਦਦ ਨਾਲ ਖੱਬੀ ਸਾਈਡ ਤੋਂ ਪੇਜ ਨੂੰ ਚੱਕਾਂਗੇ, ਅਤੇ ਸੱਜੇ ਹੱਥ ਨਾਲ ਪੇਜ ਨੂੰ ਅੰਦਰ ਕਰਾਂਗੇ ਇਸ ਤਰੀਕੇ ਨਾਲ, ਅਤੇ ਇਸ ਪੇਜ ਨੂੰ ਦੁਬਾਰਾ ਖਿੱਚਾਂਗੇ। ਫਿਰ ਦੂਜੇ ਸ਼ੀਸ਼ੇ ਦੀ ਮਦਦ ਨਾਲ ਆਪਾਂ ਦੇਖਾਂਗੇ ਕਿ ਉੱਪਰਲੇ ਹਿੱਸੇ ਦੀ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਨੂੰ ਆਪਾਂ ਹੁਣੇ ਦੂਰ ਕਰਾਂਗੇ। ਅਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਲਾਸਟ ਪੇਜ ਲਗਾਉਣਾ ਪਿਛਲਾ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਪੱਲੇ ਨੂੰ ਅੱਖ ਵਾਲੇ ਪੱਲੇ ਨੂੰ ਜਿਹੜਾ ਆਪਾਂ ਕਲਗੀ ਵਾਲਾ ਪੇਜ ਹੁੰਦਾ ਇਹਨੂੰ ਪਕੜ ਕੇ ਪਿੱਛੇ ਤੱਕ ਲੈ ਜਾਣਾ ਸਾਫ ਕਰਕੇ ਦੋਨੇ ਪੱਲਿਆਂ ਨੂੰ। ਠੀਕ ਹੈ, ਫਿਰ ਆਹ ਦੋਨੋਂ ਪੱਲੇ ਆਪਣੇ ਜਿਹੜੇ ਪਿਛਲਾ ਪੇਜ ਦਾ ਜਿਹੜਾ ਇਹਨੂੰ ਖਿੱਚ ਲੈਣਾ ਚਾਹੀਦਾ ਇਸ ਤਰ੍ਹਾਂ ਕਿ ਸਾਰਾ ਉੱਪਰਲਾ ਹਿੱਸਾ ਖਿੱਚਿਆ ਜਾਵੇ, ਫਿਰ ਸੱਜੇ ਪਾਸੇ ਅੰਦਰ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ, ਅਤੇ ਫਿਰ ਖੱਬੇ ਪਾਸੇ ਅੰਦਰ ਫੋਲਡ ਕਰਾਂਗੇ। ਦੇਖੋ ਕਲ ਪਿਛਲਾ ਪੇਜ ਹੈ ਨਾ ਜਿਹੜਾ ਆਪਣੀ ਪਿੱਛੇ ਦੁਪੀ, ਇਹ ਜ਼ਿਆਦਾ ਚੌੜੀ ਨਾ ਹੋਵੇ ਆਪਣੀ, ਇਸ ਸਾਈਡ ਤੋਂ ਸਭ ਤੋਂ ਨੀਚੇ ਪੱਲੇ ਨੂੰ ਲਿਜਾ ਕੇ ਖਿੱਚ ਕੇ ਇਸ ਤਰ੍ਹਾਂ ਵਿੱਚ ਕਰ ਲੈਣਾ ਸਾਡਾ ਕੱਪੜਾ। ਠੀਕ ਹੈ, ਇੱਧਰੋਂ ਵੀ ਜਿਹੜਾ ਢੀਲ ਪੈਣਾ ਢੀਲਾ ਕੱਪੜਾ ਹੋਊਗਾ ਉਹਨੂੰ ਅੰਦਰ ਕਰ ਦੇਣਾ ਇਸ ਤਰ੍ਹਾਂ ਅੰਗੂਠੇ ਦੀ ਮਦਦ ਨਾਲ, ਅਤੇ ਇਸ ਤਰ੍ਹਾਂ ਦੋਨੋਂ ਸਾਈਡ ਤੋਂ ਪੱਲਿਆਂ ਨੂੰ ਉੱਪਰ ਚੱਕਦੇ ਹੋਏ ਖਿੱਚ ਲੈਣਾ ਇਹਨੂੰ ਚੰਗੀ ਤਰ੍ਹਾਂ ਉੱਪਰ ਨੂੰ ਖਿੱਚ ਕੇ, ਅਤੇ ਇਸ ਪੱਲੇ ਨੂੰ ਐਨ ਸੈਂਟਰ ਦੇ ਵਿੱਚ ਲਗਾ ਦੇਣਾ ਇੱਥੇ। ਫਿਰ ਸਿਲਾਈ ਦੀ ਮਦਦ ਨਾਲ ਆਪਾਂ ਦੋਨੋਂ ਸਾਈਡ ਤੋਂ ਜੇ ਕੋਈ ਢਿੱਲਾ ਕੱਪੜਾ ਰਹਿ ਗਿਆ ਆਪਣੇ ਤਾਂ ਉਹਨੂੰ ਇਸ ਤਰ੍ਹਾਂ ਅੰਦਰ ਕਰ ਸਕਦੇ ਹਾਂ ਬਾਅਦ 'ਚ। ਠੀਕ ਹੈ ਜੀ, ਇਹ ਤਾਂ ਹੋ ਗਈ ਜੀ ਵਟਾਂ ਦੀ ਦਸਤਾਰ ਪੂਰੀ ਡਿਟੇਲ ਦੇ ਵਿੱਚ, ਅਤੇ ਵੀਡੀਓ ਪਸੰਦ ਆਈ ਤਾਂ ਮੇਰੇ ਸਾਰੇ ਵੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਅੱਗੇ ਤੁਹਾਡੇ ਲਈ ਹੋਰ ਟਿਊਟੋਰੀਅਲ ਆਉਂਦੇ ਰਹਿਣਗੇ। ਅਤੇ ਹੁਣ ਮੇਰੇ ਵੀਰ ਮੇਰੇ ਦਿਓ ਮੈਨੂੰ ਇਜਾਜ਼ਤ, ਗੁਰਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।